ਅਸੀਂ ਪੰਜਾਬੀ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਤਾਂ ਸਤਿ ਸ੍ਰੀ ਅਕਾਲ ਕਹਿੰਦੇ ਹਾਂ, ਪਰ ਸਾਡੇ 'ਚੋਂ ਬਹੁਤਿਆਂ ਨੂੰ ਸਤਿ ਸ੍ਰੀ ਅਕਾਲ ਦਾ ਮਤਲਬ ਨਹੀਂ ਪਤਾ ਹੋਊਗਾ। ਸੋ ਸਤਿ ਦਾ ਮਤਲਬ ਹੁੰਦਾ ਜੀ ਸੱਚ, ਸ੍ਰੀ ਦਾ ਮਤਲਬ ਹੁੰਦਾ ਸ਼ਕਤੀ, ਅਤੇ ਅਕਾਲ ਦਾ ਮਤਲਬ ਆ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਕਿ ਪਰਮਾਤਮਾ ਦੀ ਸ਼ਕਤੀ ਸੱਚ ਹੈ। ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ, ਐਂਡ ਦੱਸਿਓ ਜਿਹਨੂੰ ਜਿਹਨੂੰ ਇਹਦਾ ਮਤਲਬ ਪਤਾ ਸੀ, ਐਂਡ ਜਿਹਨੂੰ ਨਹੀਂ ਸੀ ਪਤਾ ਉਹ ਵੀ ਕਮੈਂਟ ਜ਼ਰੂਰ ਕਰਿਓ। ਧੰਨਵਾਦ। ਤੁਸੀਂ ਦੇਖ ਰਹੇ ਸੀ ਲਲਤੋਂ ਕਲਾਂ ਇੰਟਰਟੇਨਮੈਂਟ ਚੈਨਲ।